ਇਹ ਕਿੰਨਾ ਕੁ ਰਕਬਾ ਹੋਣਾ ਵੈਸੇ ਆ ਜਿਹੜਾ ਇਹ ਛੱਤਿਆ ਜਿਹੜਾ ਇਹ ਏਕੜ ਜੀ ਏਕੜ ਪੂਰਾ ਹਾਂਜੀ 8 ਕਰਾਂ 9 ਕਰਾਂ 8 ਕਰਾਂ 9 ਮਰਲੇ 9 ਕਰਾਂ ਥਾਂ ਹੈ 9 ਕਰਾਂ ਵਾਲਾ ਥਾਂ ਏਕੜ ਤੋਂ ਜ਼ਿਆਦਾ ਹੋ ਗਿਆ ਕਿ ਤੇ ਉਹ ਵੀ ਪੁਰਾਣੇ ਪੁਰਾਣੇ ਹੋ ਗਏ ਅੱਛਾ ਅੰਦਰ ਹੈ ਤੇ ਕੋਈ ਨਹੀਂ ਨਾ ਨਹੀਂ ਨਹੀਂ वाह जी वाह क्या बात है चाचा जी ए पेटी मैं लगती है पुरानी है ए जनाब एदा उत्ते चबार है ए संदूक साहब कोई पुराने ने कि नवे ही ने हां जी ए जेड़े संदूक ने ए पुराने ने जी वाह जी मैं तो हुंदा पर देखो तुसी जेड़ियां बनियां ने जालियां चाचा जी लकड़ी किन्ना काम है आजकल तो मिस्त्री अजे भावे कर ही ना सकदे मैं आवां नाल आ जाओ तुसी नाल ही तो मेरे नाल हो ना तो मेरे साथी हो कि मजबूत दरवाजा चाचा ते देखो ना ए कब्जे कुब्जे नहीं लगे देखो ए जो ना ए बड़ी गल है कब्जा कोई नहीं है लो जी ए हो गया जी अस्सलाम वालेकुम दोस्तों मैं औरंगजेब बेग एक नई वीडियो में तुहाडी खिदमत च हाजिर और अज दी वीडियो दे विच तुहानू दिखावांगा एमी विरक भारतीय पंजाब दा बहुत ही वड्डा सिंगर गुलूकार फिल्म स्टार उहदे बाप दादा दा घर जिहड़ा हैगा पाकिस्तान दे विच उह तुहानू दिखावांगा बहुत वड्डा घर कई उहदे दर्जना दरवाजे ने ते कमरे ने अंदर 47 ਦੇ ਜਿਹੜੇ ਜੰਦਰੇ ਲੱਗੇ ਨੇ ਕੁਝ ਕਮਰਿਆਂ ਨੂੰ ਉਹ ਵੀ ਕੋਸ਼ਿਸ਼ ਕਰਾਂਗੇ ਕਿ ਵੇਖਾ ਤੁਹਾਨੂੰ ਵਿਖਾਈਏ ਤੇ ਅੰਦਰ ਕੁਝ ਚੀਜ਼ਾਂ ਨੇ ਕੁਝ ਫਰਨੀਚਰ ਜਿਹੜਾ ਰਹਿ ਗਿਆ ਸੀ ਉਹ ਵੀ ਅੱਜ ਵੀ ਕਮਰਿਆਂ 'ਚ ਕੁਝ ਚੀਜ਼ਾਂ ਮੌਜੂਦ ਨੇ ਪੁਰਾਣੀ ਹਾਲਤ ਦੇ ਵਿੱਚ ਤੇ ਹਵੇਲੀ ਤੇ ਛੱਤ ਤੇ ਚਬਾਰੇ ਤੇ ਜਨਾਬ ਉਹਦਾ ਬਹੁਤ ਵੱਡਾ ਸਿਹਨ ਉਹ ਸਾਰੀਆਂ ਚੀਜ਼ਾਂ ਇਸ ਵੀਡੀਓ 'ਚ ਤੁਹਾਨੂੰ ਵਿਖਾ ਲੈਣੀਆਂ ਨੇ ਤੇ ਇਹ ਵੀਡੀਓ ਨਾਲ ਜੁੜੇ ਰਹੋ ਤੇ ਚਲੋ ਅੰਦਰ ਚੱਲਨੇ ਆ ਔਰ ਵੇਖਨੇ ਆ ਕਿ ਜੀ ਐਮੀ ਵਿਰਕ ਹੁਰਾਂ ਦਾ ਜਿਹੜਾ ਘਰ ਸੀ ਜਿੱਥੇ ਉਹਨਾਂ ਦੇ ਬਾਪ ਦਾਦਾ ਪੜਦਾਦਾ ਸਾਰੇ ਰਹਿੰਦੇ ਸਨ ਔਰ ਇਹ ਪਿੰਡ ਹੈਗਾ ਬਹਾਲੀ ਕੇ ਫਰੂਕਾਬਾਦ ਦੇ ਕੋਲ ਪਿੰਡ ਬਹਾਲੀ ਕੇ ਔਰ ਇੱਥੇ ਹੀ ਉਹਨਾਂ ਦੀ ਜ਼ਮੀਨ ਜਾਇਦਾਦ ਸਾਰੀ ਹੁੰਦੀ ਸੀ ਜਿਹੜੀ ਕਿ ਵੰਡ ਦੇ ਦੌਰਾਨ ਉਹ ਇੱਥੇ ਛੱਡ ਛਡਾ ਕੇ ਤੇ ਫਿਰ ਉਹ ਚੜ੍ਹਦੇ ਪੰਜਾਬ ਵਿੱਚ ਚਲੇ ਗਏ ਤੇ ਇਹ ਵੀਡੀਓ ਤੁਹਾਨੂੰ ਦਿਖਾ ਲੈਂਦੇ ਹਾਂ ਵੀਡੀਓ ਨੂੰ ਵੇਖਦੇ ਰਹੋ ਐਮੀ ਵੀ ਰੱਖਦੇ ਜਿਹੜੇ ਬਾਪ ਦਾਦਾ ਸਾਨੂੰ ਕਿੱਥੇ ਰਹਿੰਦੇ ਨੇ ਇਹ ਸੀ ਉਹ ਘਰ ਤੇ ਚਾਚੀ ਇਹ ਕਿੰਨਾ ਕੁ ਰਕਬਾ ਹੋਣਾ ਵੈਸੇ ਆ ਜਿਹੜਾ ਇਹਦਾ ਛੱਤਿਆ ਜਿਹੜਾ ਇਹ ਏਕੜ ਜੀ ਏਕੜ ਪੂਰਾ ਹਾਂਜੀ 8 ਕਰਾਂ 9 ਕਰਾਂ 8 ਕਰਾਂ 9 ਮਰਲੇ 9 ਕਰਾਂ ਥਾਂ ਹੈ 9 ਕਰਾਂ ਥਾਂ ਹੈ ਏਕੜ ਤੋਂ ਜ਼ਿਆਦਾ ਹੋ ਗਿਆ ਕਿ ਤੇ ਉਹ ਵੀ ਪੁਰਾਣੇ ਪੁਰਾਣੇ ਤੇ ਇਹ ਡਬਲ ਸਟੋਰੀ ਹੁੰਦੀ ਚਾਚਾ ਜੀ ਕਿ ਸਿੰਗਲ ਹੀ ਹੈ ਡਬਲ ਹੈ ਦੇਖੋ ਨਹੀਂ ਇਹਦੇ ਉੱਤੇ ਤੇ ਨਹੀਂ ਕੋਈ ਕਮਰਾ ਅੱਛਾ ਹੈਗਾ ਇੱਕ ਉਹ ਕੋਣ ਹੈਗਾ ਇੱਕ ਇਹ ਕੋਣ ਹੈਗਾ ਇਹ ਜਿਹੜੇ ਚਬਾਰੇ ਬਣੇ ਨੇ ਹਾਂਜੀ ਠੀਕ ਹੋ ਅੱਛਾ ਤੇ ਦੂਸਰੇ ਕਹਿ ਗਏ ਇੱਕ ਉਹ ਬਣਾ ਉਹ ਵੇਖੋ बिल्कुल इस तरह वाह जी वाह ते एक है कोने ते इधर जनाब एक ए आ गया ते ए हो गए ब्रांडे इन्हां दे ए देखो जी ब्रांडे दे पुराने हर चीज चाचा जी मेरे हाल पुरानी है कोई चीज आहो सारी बात जी हुण इत्थे क्या बात है हाँ जी ਇਹ ਜਦੋਂ ਮਤਲਬ ਕਿ ਉਹਨਾਂ ਨੂੰ ਲਾਟ ਹੋਈ ਸੀ ਪਾਕਿਸਤਾਨ ਜਦੋਂ ਬਣਿਆ ਉਦੋਂ ਲਾਟ ਹੀ ਆਏ ਉਹ ਆਪਣੇ ਮਾਲ ਦੇ ਗਏ ਜਿੱਥੇ ਜਿੱਥੇ ਕਿਉਂ ਆ ਤੇ ਖੂਹ ਕਿੱਥੇ ਹੁੰਦਾ ਸੀ ਚਾਚਾ ਜੀ ਇਹ ਖੂਹ ਜਿੱਥੇ ਨਾ ਇਹ ਖੂਹ ਪੀਣ ਵਾਲਾ ਜਿਹੜਾ ਪਾਣੀ ਹੈ ਹਾਂਜੀ ਹਾਂਜੀ ਤੇ ਖੂਹ ਹੁੰਦਾ ਸੀ ਉੱਤੇ ਲੱਗੀ ਹੁੰਦੀ ਫੋਕਾ ਜਿਹਾ ਲੱਜ ਲੱਗੀ ਹੁੰਦੀ ਉਹ ਪਾਣੀ ਜੀ ਹੁੰਦਾ ਖਾਈਦਾ ਹਾਂ ਅੱਛਾ ਹਾਂਜੀ ਕੀ ਬਾਤ ਹੈ ਜੀ ਇਧਰੋਂ ਚਾਚੇ ਮੈਂ ਵੇਖ ਲਾਂ ਜਰਾ ਦੇਖੋ ਦੇਖੋ ਨੂੰ ਖੁੱਲਾ ਨਹੀਂ ਚਲੋ ਵਾਹ ਜੀ ਵਾਹ ਇਹ ਜਨਾਬ ਇਹਦਾ ਮੇਨ ਦਰਵਾਜ਼ਾ ਹੈ ਹਾਂਜੀ ਹਾਂਜੀ ਤੇ ਇਹ ਉੱਤੇ ਚਬਾਰਾ ਤੇ ਇਧਰ ਨੂੰ ਆਈਏ ਤੇ ਹਾਂਜੀ ਲੱਗੇ ਜਾਓ ਲੱਗੇ ਜਾਓ अच्छा ऐ जनाब एक ऐ भी इत्थे वे वाह जी वाह देखो कमरे ऐ थोड़ा जिहा मेरे नाल प्लस्टर प्लूस्टर कीता है हाँ जी ठीक है वाह जी वाह अच्छा इत्थे पूरा घर ही ना हुंदा सी ऐस जगह ते दो घर सन ठीक हो गया ते इत्थे किन्ने कु घर होने ने फिर टोटल जे मजबूत 6-7 घर लगदे ने बहुत होंदे
15-16 घर यानी एडा वड्डा हाथ है। लो जी इत्थे 15-16 घर जिहड़े ना वह वंड तो बाद इत्थे बैठे सन। क्या बात है जी। हाँ जी वेखो साहब ते ए मेरा ख्याल जिहड़ा विच इह की सी इह कोठा ही सी इहदे अंदर दो कमरे ने। हाँ जी वेखो ते कैसा सेंटर दे बनिया दा। वेखो नक्शनकारी चाचा जी बगैर किसी सीमेंट सरिए तो देखो जी की लोग होंगे सर जिन्हें बना छड़े ने इन्ने वे हाथे उन्हें दौर जी कोई सरिया भी नहीं सी होंदा। यादगिरियां रह गई ने। दरवाजा वेखो जी लकड़ी दियां जालियां बनियां ने ਐ ਜਨਾਬ ਓਹੀ ਚਗਾਠਾ ਉਹ ਹਰ ਸ਼ੈ ਹੋਈ ਜੀ ਹਰ ਸ਼ੈ ਹੋਈ ਹਰ ਸ਼ੈ ਉਹ ਚੂਨਾ ਸ਼ੂਨਾ ਹਰ ਸ਼ੈ ਹੋਈ ਕੋਈ ਸ਼ੈ ਨਵੀਂ ਲੱਗੀ ਤੇ ਵੇਖੋ ਜੀ ਤੁਸੀਂ ਕੈਸੇ ਬਰਾਮਦੇ ਬਣਿਆ ਪੂਰਾ ਇੱਕ ਬਰਾਂਡਾ ਐ ਸਾਈਡ ਦੇ ਉੱਤੇ ਸਾਰੇ ਕਮਰੇ। ਹਾਂਜੀ ਸਰਦਾਰ ਕਾਲਾ ਸਿੰਘ ਅੱਛਾ ਸਰਦਾਰ ਕਾਲਾ ਸਿੰਘ ਠੀਕ ਹੈ ਕਾਲਾ ਸਿੰਘ ਦੇ ਨਾਮ ਨਾਲ ਦੋ ਭਰਾ ਹੁੰਦੇ ਸੀ ਠੀਕ ਹੋ ਗਿਆ ਚੂਨਾ ਸਿੰਘ ਸਾਰਾ ਉਹਨਾਂ ਬਿਲਕੁਲ ਠੀਕ ਹੋ ਗਿਆ। मैंने तो हों देखो तुम जो बनिया ने जालियां चाचा जी लक कि कम है अजकल तो मिस्त्री अजे भावें कर ही ना सकन। क्या बात है इहदा उत्तों दी कित्थे जांदे उत्तों दी रस्ता हैगा वाह जी वाह आ जाओ तुसीं भी नाल ही तुसीं तो मेरे नाल हो ना तुसीं तो मेरे साथी हो। मैं ऐसा अल्लाह ताला ने चाचे बंदा दे छड़िया जिहड़ा तुसीं नाल हो बड़ा दिल खुश होया तुहानूं मिल के। आ जी आ गई छत ते ऐ जनाब इहदा उत्ते चबारा है। क्या बात है ते ऐ उत्ते पूरा सिहन एड्डी वड्डी वेली नौवां कनालां दे विच जनाब ऐ तुहानूं मैं थोड़ा पहलां विखा लां। ऐ देखो तुसीं चबारा ऐ जनाब ये अंदर का माहौल तुम बना दें थोड़ा ए अंदर का माहौल ठीक है जी ते इत्थे चुबारे दे किधर गेट है दरवाजा पुराना दरवाजा ए लगे जी उत्ते नक्शनुगार ते ए एक आ गया इस पासे जनाब ये लगे चुबारा। वाह जी वाह उधर की जमाना सी जनाब वाह जी वाह क्या बात है। कंध वेखो जी ते डिजाइनिंग वेखो नक्शनकारी कैसी हुई है ये सब उस दौर ती है जो कि इतने वासी रेंदे होने ने। ऐ जनाब हम तुम थोड़ा जहा मैं इस पास बहाल दें ए भी एक सीढ़िया रस्ते चाहिए एक सीढ़िया चढ़ के असं उधरों भी आए हैं तो दूजिया सीढ़िया है ने जनाब ए आ गया ए पूरा हाथा तुम बहा छड़िया क्या बात है जी क्या शाहकार बनाया वाह जी वाह कैडी जी अच्छा भी कोई है वाह जी वाह जी वाह क्या शाहकार है एम ए वीरक जी ए चुबारे तो पौड़िया मजीद उत्ते जान वास्ते वाह जी वाह देखो जी क्या बात है देखो ए उत्ते मजीद चबारा ते ए जनाब आ गई वेली
क्या बात है। थले चलने जी, उधर भी जी एक चुवारा जी बुजुर्ग दस ने किया है। जी एक चुवारा ऐ वड्डी हवेली है, ठीक है जी। दूसरी हैगी है ऐ, ते तीसरी जिहड़ी हवेली है वह ऐ जिथे इस वेले असीं खड़े हाँ, ऐ वो हवेली है। वाह जी वाह, चाची चलिए थले नूं। वाह जी वेखो जी रोशनदान वाली जाली। हाँ जी आहो जी, कोई हो सकता कोई। वाह जी वाह, ऐ दूसरी साइड आ गई। देखो नक्श नगारियां होई गईयां उदों दियां आ, देखो। वाह जी वाह, पुरानियां नक्श नगारियां। देखो जनाब छतां ओरिजिनल छतां ते सारे दरवाजे दी डिजाइनिंग होई है। देखो चारदारी बाकी जन हम चले गए, ठीक हो गया। लो जी ए साइड रह गई, इधर सानू क्या बात है। ये जी हवेली बहुत वड्डा घर, क्या बात है जी। ए मेरा पार्टीशन वाच की थी ना, मेरे हाल काफी देर का बंद है जनाब। अंदरों छत हां जी सारे तो चाबियां उन्होंने कोई ने। बरांडे दे अगे जिहड़ा ना बनिया दा जिहड़ा लकड़ दा शेड चाचे, ते ए भी मेरे लई पुराने ही हैगे ना जिहड़े। ए किन्ना कु वड्डा पिंड चाचा जी, वैसे किन्ना कु अजकल है, कोई किन्ना कु वोट होना साडा बंद दा पिंड। हां जी पिंड बहुत वड्डा जी, आहो काफी वड्डा पिंड लगदा। ते की वड्डे दसदे ने कि बहुते इत्थे सिख हुंदे सन या कि सिख हुंदे जां जिहड़े माड़े लोग ना माइग्रेट करके आए ने। कोई डोगरा घर है, कोई 30-40 किलो डोगरा पै गया, कोई गुजरा ने घर पंच चार उन्होंने पै गया, कोई मतलब राही ने विशेष चक जे उन्होंने पै गए रकबा, वह सारा वंडिया वंडिया गया। मालक इतने घूम राजपूत डोगर राई वाह गुजर, ठीक है। जद्दी ने क्या आए माजा ने सारे जद्दी किन्ने घर ने? जद्दी तकरीबन है बाबा ने चले गए, पिछों चले गए शहर च बाबे है एक दो बस रह गए। अच्छा जो पुराने ने? हाँ जी होर कोई जिन्होंने वेखे पे पुराने। अच्छा हाँ, एक बाबा रामा एक है जे थे अल्लाह तक म्यार। अच्छा अच्छा वडेरे उना जो वक्त ओ ही सारे मेरे तो रह आए सी ते पुराने वडेरे बंदे वडेरे जड़े। हां जी सही है। वाह जी वाह, वाह जी वाह। ते किन्ने कु घर हुण ऐसे ले ऐसे सिखां दे जड़े अज दे बचे ने? तीन ते तो मैनूं वाल लेना वड्डे इक उधर देख इधर ते ए दे जाओ भल्ले दे ओ शहीद कर दो दोबारा बहाली गया स्टेशन भी है ना? हाँ जी।
ਵੇਖੋ ਜੀ ਇਸ ਮਤਲਬ ਪਿੰਡ ਦਾ ਏਡਾ ਵੱਡਾ ਸਿਰ 1.5 ਕਿਲੋਮੀਟਰ ਸਟੇਸ਼ਨ ਹੈ ਅੱਛਾ ਤੋ ਚਲਦੀ ਟ੍ਰੇਨ ਇੱਥੇ ਕੋਈ ਨਹੀਂ ਹੁਣ ਟ੍ਰੇਨ ਲਾਂਗੇ ਡਾਗ ਨੇ ਇੱਥੇ ਕੋਈ ਖਲੋਂਦੀ ਨਹੀਂ ਲੈ ਵੱਡਾ ਡਬਲ ਲੈਣ ਖਲੋਂਦੀ ਨੇ ਪਹਿਲਾਂ ਖਲੋਂਦੀਆਂ ਹੁੰਦੀਆਂ ਸੀ ਹਾਂ ਪਹਿਲਾਂ ਟ੍ਰੇਨਾਂ ਬੜੀਆਂ 15 ਦੇ 20 ਚੱਲਦੀਆਂ ਨੇ ਠੀਕ ਹੈ ਕੋਈ 4 ਦੇ ਹੋ ਗਿਆ ਕੋਈ 4 ਦੇ ਹੋ ਗਿਆ ਕੋਈ 4 ਦੇ ਹੋ ਗਿਆ ਹੁਣ ਕੋਈ ਨਹੀਂ ਆਇਆ ਹੁਣ ਕੋਈ ਨਹੀਂ ਆਗੀ ਵੇਖੋ ਜੀ ਵਕਤ ਵਕਤ ਦੀ ਗੱਲ ਹੈ ਨਾ ਜੀ ਉਹ ਜਾਣ ਚੜਨੇ ਉਥੋਂ ਜਿੱਥੋਂ ਮੁੜੇ ਨੇ ਜੀ ਹਾਂਜੀ ਯਾਤਰੀ ਸਟਾਪ ਤੋਂ ਹਾਂਜੀ ਸਾਡਾ ਉੱਥੇ ਚੜਨੇ ਜਾਂ ਇਥੋਂ ਆਪਣੀਆਂ ਮੋਟਰਸਾਈਕਲਾਂ ਦੇ ਕਾਰਾਂ ਦੇ ਲੇਕਿਨ ਹੁਣ ਟ੍ਰੇਨ ਮੁੱਕ ਗਈ ਟ੍ਰੇਨ ਕੋਈ ਨਹੀਂ ਆਇਆ ਤੇ ਟ੍ਰੇਨ ਦੇ ਵਿੱਚ ਦੀ ਗਰਾ ਹੁੰਦਾ ਸੀ ਵਿੱਚੋਂ ਦੀ ਗਰਾ ਜਾਂ ਛੜ ਜਾਂਦੀ ਸੀ ਤੋੜੇ ਤੋਂ ਨਿਕਲ ਕੇ ਆਏ ਵੀ ਚੜਦੇ ਸੀ ਇਹ ਤੋੜ ਛੜਕ ਪੱਕੀ ਬਣੀ ਤੋੜ ਸਟੇਸ਼ਨ ਠੀਕ ਹੈ ਕਬਰਸਤਾਨ ਕਬਰਸਤਾਨ ਦੇ ਸਟੇਸ਼ਨ ਅੱਛਾ 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 ਕੀ ਬਾਤ ਹੈ ਜੀ ਵਾਹ ਜੀ ਚਾਚਾ ਜੀ ਤੁਸੀਂ ਕਰ ਦਿੱਤਾ ਦਿਲ ਖੁਸ਼ ਮੈਂ ਹੁਣ ਜਰਾ ਬਾਹਰ ਦਾ ਜਿਹੜਾ ਹੈਗਾ ਉਹ ਦਰਵਾਜ਼ਾ ਉਹ ਨਹੀਂ ਬਣਾਇਆ ਹੁੰਦਿਆ ਉਹ ਵੀ ਬਣਾ ਲਈ ਹੈ ਯਾਦਗਿਰੀ ਰਹਿ ਜਾਏਗੀ ਕੌਣ ਬੋਲਿਆ ਛੇੜਤਾ ਮੇਰਾ ਹਾਲੇ ਇਹ ਮੇਨ ਜਿਹੜੀ ਨਾ ਹਵੇਲੀ ਦਾ ਦਰਵਾਜ਼ਾ ਇਹ ਵੀ ਵੇਖੋ ਜਨਾਬ ਉਹੀ ਓਰੀਜਨਲ ਪੁਰਾਣੀਆਂ ਛੱਤਾਂ ਅਤੇ ਵੱਡੀਆਂ ਝਗਾਠਾਂ ਵਾਲੇ ਦਰਵਾਜ਼ੇ ਕਿੱਡਾ ਮਜ਼ਬੂਤ ਦਰਵਾਜ਼ਾ ਚਾਚਾ ਅਤੇ ਦੇਖੋ ਨਾ ਇਹ ਜਿਹੜੇ ਵਿੱਚ ਕਬਜ਼ੇ ਕੁਬਜ਼ੇ ਨਹੀਂ ਲੱਗੇ ਇਹ ਵੇਖੋ ਇਹ ਜਿਹੜੇ ਨੇ ਇਹ ਬੜੀ ਗੱਲ ਹੈ ਵਿੱਚ ਲੱਕੜ ਦੇ ਕਬਜ਼ੇ ਨਹੀਂ ਆ ਹੈ ਕਬਜ਼ੇ ਨਹੀਂ ਆ ਕਬਜ਼ਾ ਕੋਈ ਨਹੀਂ ਹੈਗਾ ਇਹ ਵੇਖੋ ਜੀ ਇਹ ਇੱਕ ਐਸੀ ਚੀਜ਼ ਹੈ ਕਿ ਇਹਨੂੰ ਇਹ ਦੇਖੋ ਇੱਧਰੋਂ ਖੈਰ ਤੁਹਾਨੂੰ ਨਜ਼ਰ ਆ ਜਾਏਗਾ ਕਿ ਇਹ ਜਨਾਬ ਜਿਹੜਾ ਨਾ ਇੱਧਰ ਥੋੜਾ ਭੁਰ ਗਿਆ ਕੰਮ ਲੇਕਿਨ ਭੁਰ ਗਿਆ ਆਹੋ ਲੇਕਿਨ ਕਬਜ਼ਾ ਸਮਾਨ ਨਹੀਂ ਮਿਲੇ ਆਹ ਜੀ ਸਾਰੀ ਬਾਤ ਹੈ ਮਾਲਕ ਜਿੰਨਾ ਸਮਾਨ ਦਰਾ ਦੇ ਨਾ ਇਹ ਕੋ ਜਾਣਾ ਹੀ ਸ਼ਾਇਦ ਇਹ ਤੇ ਹਲੇ ਵੀ ਜਿਹੜੇ ਨਾ ਅੱਜ ਦੇ ਲੱਕੜੇ ਚ ਲੱਭਦੀ ਕਿਤੋਂ ਨਹੀਂ ਲੱਭਦੀ ਐ ਕੋ ਨਾ ਬਾਲਿਆਂ ਨੂੰ ਕੋਈ ਪਰਵਾਹ ਹੀ ਨਹੀਂ ਹੈਗੀ ਉਹ ਜਿਹੜਾ ਅੰਕਾ ਲਾ ਹੋ ਗਿਆ ਉਹ ਚ ਪਰਵਾਹ ਹੀ ਨਹੀਂ ਹਾਂਜੀ ਇਹ ਡਿਉੜੀ ਹੁੰਦੀ ਸੀ ਆ ਜੀ ਇੱਕ ਡਿਉੜੀ ਤੇ ਆ ਇੱਕ ਨਕਸ਼ਨਕਾਰੀ ਹੋਈ ਹੈ ਤੇ ਚਾਚੀ ਜੀ ਇਹ ਕੋ ਐਵੇਂ ਨਹੀਂ ਨਾ ਬਣਾਇਆ ਵੀ ਜਿਹੜਾ ਨਾ ਦੁਪਹਿਰੇ ਬੀਜਿਆ ਦਾ ਨਜ਼ਰੀ ਡਾਲੇ ਨਾ ਅੱਛਾ ਆਹ ਉਹ ਵਾਸਤੇ ਨਹੀਂ ਹੋਣੀ ਸੀ ਅੱਛਾ ਅੱਛਾ ਹਾਂਜੀ ਅੱਛਾ ਵੇਖੋ ਜੀ ਆਹੀ ਜਿਹੜਾ ਗੱਲ ਕਰਨਾ ਇਹਦਾ ਵੀ ਜਿਹੜਾ ਨਾ ਹਾਂਜੀ ਵੱਡਾ ਹੀ ਐਵੇਂ ਲੱਗੀ ਅਰਲ ਜਿਹਾ ਵਿੱਚ ਲੱਗਿਆ ਹਾਂਜੀ ਕੋਈ ਵਿੱਚ ਉਹ ਨਹੀਂ ਹੈਗੇ ਜਿਹੜੇ ਨਾ ਕਿ ਕਬਜ਼ੇ ਕਿੱਲ ਐਵੇਂ ਕੋ ਪੂਰੇ ਚਗਾੜ ਦੇ ਵਿੱਚ ਜਨਾਬ ਪੂਰੀ ਦੇ ਵਿੱਚ ਕੋਈ ਕਿੱਲ ਕਬਜ਼ਾ ਨਹੀਂ ਹੈਗਾ ਸਿਰਫ ਇਹ ਥੱਲੇ ਜਿਹੜੇ ਲੱਗੇ ਨੇ ਨਾ ਇਹ ਜੇ ਕੁੰਡੇ ਪੁਰਾਣੇ ਕੁੰਡੇ ਕਿਆ ਬਾਤ ਇਹ ਹੋ ਗਿਆ ਇਹਦਾ ਬਾਹਰ ਦਾ ਵਿਊ ਬਾਲਕੋਨੀਆਂ ਵੀ ਬਣੀਆਂ ਨੇ ਤੇ ਇਹ ਜਨਾਬ ਹੋ ਗਿਆ ਇਹਦਾ ਅੰਦਰ ਦਾ ਜਿਹੜੇ ਹੈਗੇ ਨੇ ਬਾਰੀਆਂ ਤੇ ਇਹ ਜਨਾਬ ਵੇਖੋ ਤੁਸੀਂ ਇੱਕ ਹੀ ਸਟਾਲ ਦੀ ਸਟਾਈਲ ਦੀ ਜਿਹੜੀ ਨਾ ਹਵੇਲੀ ਇਹ ਤੁਹਾਨੂੰ ਇਹਦੇ 'ਚ ਨਜ਼ਰ ਆ ਰਹੀ ਹੈ ਕਿਆ ਬਾਤ ਹੈ ਇਹ ਜਨਾਬ ਇਸ ਤਰ੍ਹਾਂ ਅੰਦਰ ਜਾਈਦਾ ਸੀ ਅਤੇ ਇਹ ਪਹਿਲਾਂ ਸਭ ਤੋਂ ਇਹ ਜਿਹੜੀ ਚੀਜ਼ ਹੈ ਨਾ ਇਹ ਆ ਗਈ ਸਾਹਮਣੇ ਇਹ ਆ ਗਈ ਹਵੇਲੀ ਜਨਾਬ ਇਹ ਕਿਆ ਬਾਤ ਹੈ ਚਾਚਾ ਜੀ ਨਵਾਂ ਪੁਰਾਣਾ ਮਿਕਸ ਹੋ ਗਿਆ ਤਿਆਰੀ ਕੀਤੀ ਹੈ ਬੜੀ ਮਿਹਨਤ ਕਰਦੇ ਰਹੇ ਹੋ ਅੱਛਾ ਅੱਛਾ ਪੇਟੀ ਲੱਗਦੀ ਹੈ ਪੁਰਾਣੀ ਅੱਛਾ ਇਹ ਪੁਰਾਣੀਆਂ ਨੇ ਬਿਲਕੁਲ ਸਹੀ ਹੈ ਜੀ ਤੇ ਇਹ ਵੇਖੋ ਜੀ ਕਿੱਲੀਆਂ ਢੰਗਣ ਵਾਲੀ ਇਹ ਮੇਰੇ ਖਿਆਲ ਪੁਰਾਣੀਆਂ ਨੇ ਕੱਪੜੇ ਢੰਗਣ ਵਾਲੀਆਂ ਇਹ ਦੇਖੋ ਜੀ ਕੱਪੜੇ ਢੰਗਣ ਵਾਲੀਆਂ ਕਿੱਲੀਆਂ ਇਹ ਦੇਖੋ ਇਹ 100 ਸਾਲ ਦੇ ਕਿਤੇ ਲਾਗੇ ਚਾਗੇ ਹੋ ਗਏ ਨਾ ਕਿਉਂਕਿ 75 ਸਾਲ ਦੇ ਹੋ ਗਏ ਪਾਕਿਸਤਾਨ ਬਣਿਆ ਤੇ ਉਸ ਤੋਂ ਪਹਿਲੇ ਦਾ ਜਿਹੜਾ ਮੇਰਾ ਖਿਆਲ ਜੀ ਬਿਲਕੁਲ ਬਿਲਕੁਲ ਕਿਉਂਕਿ ਜਦੋਂ ਗਏ ਨੇ ਉਦੋਂ ਤੇ ਰਹਿ ਰਹੇ ਸਨ ਇੱਥੇ ਤੇ 75 ਸਾਲ ਦੇ ਹੋ ਗਏ ਨੇ
क्या बात है माशाल्लाह, वाह जी जबरदस्त जी। अच्छा तबीयत वेख के इसलिए खुश हुई है कि मैं होर भी कुछ पुराने घर वेखे ने, लेकिन ए इना सामभिया घर कि नहीं वेख्या, ए मतलब अनरिकॉर्ड चीज है, ये बड़ी सामभी चीज हैगी है। तुम देखो ना कि मतलब किलियां तक हले तक जो ओरिजिनल ने लगिया ने, वाह जी वाह। ए वड्डा कमरा बिच आ गया, आ गया अलमारियां जनाब, जेडे भी इस घर के वासी ने जी उन्हें पूरी हिफाजत की है, बिल्डिंग तो पुरानी है जिनी को कर सकते ने तो उन्नी को तो की है। दस दिन हूं लेट आना, हाँ जी मुकम्मल तौर पर तैयार मिले, वाह जिस तरह के लगे मैं लगता है। माशाल्लाह जी फिर भी बड़ी गल, अपने जो ਪੁਰਾਣਾ ਘਰ ਉਹਨੂੰ ਨਹੀਂ ਭੁੱਲੇ ਤੇ ਸ਼ਾਦੀ ਲੋਕੀ ਲਾਹੌਰਾਂ ਜਾ ਕਰਦੇ, ਤੁਸੀਂ ਇੱਥੇ ਆ ਕਰਦੇ ਹੋਗੇ, ਆਪਣੀ ਬਰਾਦਰੀ ਜੀ ਵਾਹ। ਤੁਹਾਡਾ ਕੀ ਨਾਂ ਹੈ ਸਰ? ਅਰਸ਼ਦ ਭੱਟੀ। ਅਰਸ਼ਦ ਭੱਟੀ ਸਾਹਿਬ, ਠੀਕ ਹੋ ਗਿਆ, ਵਾਹ ਜੀ ਵਾਹ। ਇਹ ਸੰਦੂਕ ਸਾਹਿਬ ਕੋਈ ਪੁਰਾਣੇ ਨੇ ਕਿ ਨਵੇਂ ਹੀ ਨੇ? ਇਹ ਜਿਹੜੇ ਸੰਦੂਕ ਨੇ ਲੇਕਿਨ ਉਹ ਜੀ ਪੁਰਾਣੇ ਨੇ, ਇਹ ਜਿਹੜੀਆਂ ਚੀਜ਼ਾਂ ਨਿਕਲੀਆਂ ਵੈਸੇ ਜਿਹੜੀਆਂ ਥੋੜੀਆਂ ਵਾਹ ਜੀ ਵਾਹ ਭੱਟੀ ਸਾਹਿਬ, ਤੁਸੀਂ ਤੇ ਮਾਨ ਇਹਨੂੰ ਜਿਹੜਾ ਨਾ ਜਨਾਬ ਪੁਰਾਣੀ, ਲੇਕਿਨ ਉਹਨੂੰ ਹੁਣ ਜਿਹੜਾ ਨਾ ਇਹਨਾਂ ਨੇ ਇਹਦੀ ਦੇਖਭਾਲ ਕੀਤੀ ਹੈ ਤੇ ਇਹਨੂੰ ਰੰਗ ਰੋਗ ਨੂੰ ਤਾਂ ਹਾਂਜੀ 20-25 ਤਰੀਕ ਤੱਕ, ਤੇ ਫੇਰ ਜਿਹੜਾ ਨਾ ਨਕਸ਼ਾ ਬਦਲ ਜਾਏਗਾ ਇਨਸ਼ਾਅੱਲਾ, ਲੱਗਦਾ ਦੇਸ ਰਹੀ ਪਿਆ। ਵਾਹ ਜੀ ਵਾਹ। ਲਓ ਜੀ ਇਹ ਵੱਡਾ ਕਮਰਾ, ਇੱਕ ਉੱਧਰ ਵੱਡਾ ਕਮਰਾ ਸੀ ਉਹਦੇ ਨਾਲ ਛੋਟਾ, ਤੇ ਇਹ ਜਨਾਬ ਉਹੀ ਪੁਰਾਣੀਆਂ ਅਲਮਾਰੀਆਂ। ਹਾਂਜੀ ਕੀ ਬਾਤ ਹੈ ਜੀ, ਅੱਜ ਵੀ ਬਿਹਤਰੀਨ ਕਾਬਲੇ ਸਮਾਨ ਨੇ, ਤੇ ਇਹ ਜਿਹੜੇ ਐਸ਼ਦਾਨ ਅੱਗ ਵਾਸਤੇ ਹਜੇ ਹਲੇ ਵੀ ਹੈ ਨੀ, ਕਿਆ ਬਾਤ ਹੈ। ਅੱਗ ਇੱਥੇ ਅੱਗ ਬਾਲ ਦਿੱਤੀ ਸੀ ਨਾ, ਅੱਗ ਜਿਹੜਾ ਨਾ ਧੂਆਂ ਉਹ ਇਹਦੇ ਉੱਤੇ ਜਾਂਦਾ ਸੀ, ਲੱਕੜਾਂ ਬਾਲਣੀ ਨਹੀਂ ਆ ਉਹਨਾਂ ਦੇ, ਜਿੰਨੇ ਪੁਰਾਣੇ ਵੱਡੇ ਘਰ ਹੁੰਦੇ ਸਨ ਨਾ ਵੇਲੀਆਂ ਉਹਦੇ ਵਿੱਚ ਲਾਸ ਵੀ ਬਣਾਉਂਦੇ ਹੁੰਦੇ ਸਨ, ਤੂੰ ਉੱਤੇ ਜਾਣਾ ਤੇ ਅੱਗ ਵੀ ਜ਼ਰੂਰੀ ਹੁੰਦੀ ਕਿਉਂਕਿ ਨਾ ਗੈਸ ਹੋਣੀ ਨਾ ਉਹ ਤਾਂ ਕੁਛ ਹੋਰ ਹੋਣੀ ਜੇ ਲੱਕੜੀ ਸੀ, ਤੇ ਇਹ ਇੱਕ ਮੇਰੇ ਲਈ ਬਾਹਰੋਂ ਫੇਰ ਲਿਆ ਅੱਗੇ, ਬੜਾ ਲੰਮਾ ਬਰਾਮਦਾ ਹੈਗਾ। ਹਾਂਜੀ ਇਹ ਜੇ ਬਿਹਤਰੀਨ ਬਾਲਕੋਨੀ। ਅੱਛਾ ਭਾਈ ਸਾਹਿਬ ਇਹ ਜਿਹੜੇ ਹੈਗੇ ਜਾਲੀ ਪੁਰਾਣੀ ਹੈ ਨਾ? ਅੱਛਾ ਠੀਕ ਹੈ, ਸਹੀ ਸਹੀ ਆਨੇ ਮੈਂ ਸ਼ਾਇਦ ਹੋ ਸਕਦਾ ਕਿਉਂਕਿ ਉਹ ਕੰਮ ਜਿਹੜਾ ਨਾ ਉਹ ਕਾਫੀ ਇਹ ਵੀ ਲੱਗਦਾ ਇਸ ਤਰ੍ਹਾਂ ਦਾ ਉਮੀਨਾ ਕਰੀ ਹਾਂਜੀ ਆਨੇ ਨੇ ਉਹ ਤੇ ਸਹੀ ਹੋ ਗਿਆ, ਬਿਲਕੁਲ ਠੀਕ ਹੋ ਗਿਆ, ਜ਼ਬਰਦਸਤ ਜੀ। ਇੱਕ ਕਮਰਾ ਛੋਟਾ ਹੋਊਗਾ। ਅੱਛਾ ਹਾਂ ਠੀਕ ਹੈ ਬਿਲਕੁਲ, ਅੱਛਾ ਦੋਨਾਂ ਕੋਨੇ ਤੇ ਛੋਟੇ ਛੋਟੇ ਕਮਰੇ ਹੈਗੇ ਨੇ, ਵਾਹ ਜੀ ਵਾਹ। ਤੁਸੀਂ ਜੀ ਮਾਸਾ ਇਹਦੀ ਬੜੀ ਹਿਫਾਜ਼ਤ ਕਰਦੇ ਹੋ, ਮੈਂ ਤੇ ਹੁਣ ਆਖੀ ਚਸ਼ਮਦੀਦ ਗਵਾਹ ਹੋ ਗਿਆ ਨਾ ਕਿ ਆਪਣਾ ਤੇ ਅੱਛਾ ਇਹਦੀਆਂ ਇੱਕ ਇੱਕ ਪੌੜੀਆਂ ਉਸ ਸਾਈਡ ਤੇ ਨੇ ਤੇ ਦੂਸਰੀਆਂ ਇਸ ਸਾਈਡ ਤੇ, ਦੋ ਪੌੜੀਆਂ ਨੇ, ਵਾਹ ਜੀ ਵਾਹ। ਨੀਚੇ ਵੀ ਨੀਚੇ ਵੀ ਇਧਰ ਜਿਹੜੀ ਜਾਂਦੀ ਇਹ ਵੀ ਇੱਕ ਸੀਡੀ ਹੋਵੇ, ਹਾਂਜੀ ਬਿਲਕੁਲ ਠੀਕ। ਉੱਪਰ ਉੱਪਰ ਜਾਣ ਵਾਸਤੇ ਦੋ ਨੇ, ਉੱਪਰ ਜਾਣ ਲਈ ਵੀ ਦੋ ਨੇ, ਬਾਕੀ ਜੀ ਉੱਤੇ ਆ ਇੱਕ ਹੈਗੀ ਹੈ ਤੇ ਇੱਕ ਹੈਗੀ ਜੀ, ਜ਼ਰੂਰ ਮਿਹਰਬਾਨੀ। ਅੱਛਾ ਇਹਨੂੰ ਵੀ ਜਿਹੜਾ ਨਾ ਤੁਸੀਂ ਕੀਤਾ ਸੀੜੀਆਂ ਨੂੰ ਸੰਭਾਲਿਆ ਪਲਸਤਰ ਕਰਕੇ, ਲਓ ਜੀ ਇਹ ਹੋ ਗਿਆ। ਇਹ ਕੋਈ ਪਤਾ ਜੀ ਕਿਦਾਂ ਹੁੰਦਾ ਸੀ ਘਰ ਬਜ਼ੁਰਗਾਂ ਦੇ? ਕਾਲੇ ਖਾਂ, ਕਾਲਾ ਸਿੰਘ, ਸੋਰੀ ਕਾਲਾ ਸਿੰਘ, ਕਾਲਾ ਸਿੰਘ
सब तो ज्यादा इलाके लग रहा रकबा लिहाज न जनाब वेखो तुसी बेहतरीन पिलर ਉੱਪਰ ਫਿਰ ਇਹ ਛੱਤ ਹੈ ਉਹਦੇ ਸਾਰੇ ਪਾਸੇ ਛੱਤ ਜਿਹੜੀ ਉਹ ਦੋ ਕਮਰੇ ਉਹ ਇੱਕ ਚਵਾਰਾ ਹੈ ਇਹ ਚਵਾਰਾ ਠੀਕ ਹੈ ਤੇ ਇੱਕ ਇਹ ਚਵਾਰਾ ਸਾਹਮਣੇ ਇੱਕ ਇਹ ਹੋ ਗਿਆ ਠੀਕ ਹੈ ਜੀ ਬਿਲਕੁਲ ਸਹੀ ਹੋ ਗਿਆ ਇਹ ਬਿਲਕੁਲ ਠੀਕ ਹੈ ਤੇ ਇਹਨਾਂ ਦੀ ਉਹਨੇ ਵੀ ਮੇਰੇ ਦੋ ਪੌੜੀਆਂ ਦੋਵਾਂ ਸਾਈਡਾਂ ਤੇ ਸਾਹਮਣੇ ਦੇਖ ਲੈਣਾ ਜੀ ਹਾਂਜੀ ਉਹ ਵੱਡਾ ਉਹ ਵੀ ਚਵਾਰਾ ਹੈ ਉਹ ਚਵਾਰਾ ਉਹ ਵੀ ਉਹਨਾਂ ਦੇ ਉਹਨੂੰ ਲੈ ਕੇ ਗੁਜਰ ਫੈਮਿਲੀ ਹੋਰ ਹੋਏਗੀ ਕਲੀ ਹੋ ਰਹੇ ਆਹ ਉਹ ਫੈਮਿਲੀ ਹੋਰ ਹੋਏਗੀ ਫੈਮਿਲੀ ਹੋ ਅੱਛਾ ਇਹ ਦੋ ਚੀਜ਼ਾਂ ਇਹਨਾਂ ਦੀਆਂ ਸਰ ਹਾਂਜੀ बिलकुल ठीक है बिलकुल सही है वाह जी वाह अच्छा पर सर ये दो सीढ़ियां थल्ले गई ने पुरानी ने हां जी पुरानी क्योंकि मेहराब दे बने थल्ले ना हां जी हां पुरानी ने अच्छा अच्छा देखो जी क्या बात है ते ए गुल ए जेले गमले शमले ने एक गमले उन दे सम मल टूट के छोड़ गए हां जी सारी बात है के ते फिर इना नाल दा सके बंगरे मिलदे अपने वो जे ना मिलदे नहीं भाई नहीं मिलने बाकी सही गल असि बड़ी ट्राई कीती है इधरों देखो जी नक्शनकारी क्या बात जालियां ते थले इटा दे जेड़े कट कट के ना बनाए ने एदी मैं गल कर रहा था जेड़े बने मेहराब जा ने इधर थले पुराने ते ए जेड़ा ना ओही पुराना गमला लेकिन ओ कुछ चीजां नालों इथों टुट गई ने ओ जनाब दस रहे ने साडे बुजुर्ग के ओ इथों पता कीता सेम इहदे नाल दी मिलदियां ने ते नहीं ते इन्हां ने जनाब इन्हू भी सही कर लेना लेकिन फिर भी बड़ी हिम्मत है कि एडा अच्छा पुराना घर जरा रखा है क्या बात है जी मजा आ गया जी पुराना घर और अच्छी हालत वेख के एडी दूर आन का जरा मुल पूरा हो गया एडे एडे घर नहीं है आम इतने मतलब हो गए इतने होर भी छोटे छोटे हाँ जी हाँ जी बिलकुल अक्सर मैं कुछ देखे ने जो लोग चले जाते ना कि सैटल हो जाते फैमिली ना बाहर इधर उधर तो पिछे फिर कूड़े करके मतलब बेटा इसलिए करो छोटी अपने पखा थले छापर लपेट लो